ਜੈ ਬਾਬਾ ਜੀ ਦੀ। ਤੁਸੀਂ ਦੇਖਦੇ ਪਏ ਹੋ ਮੇਰੇ ਨਾਲ ਡੀ ਪੀ ਸੀ ਪੰਜਾਬੀ 'ਤੇ ਇਹ ਤਸਵੀਰਾਂ ਜਿਹੜੀਆਂ ਕਿ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਸੰਜੀਵ ਬਾਵਾ ਨੇ। ਤੁਹਾਨੂੰ ਦੱਸ ਦੇਈਏ ਕਿ ਇਹ ਜੋ ਮੰਦਰ ਦੀਆਂ ਤੁਸੀਂ ਤਸਵੀਰਾਂ ਦੇਖਦੇ ਪਏ ਹੋ ਇਹ ਇੱਕ ਚਮਤਕਾਰਿਕ ਮੰਦਰ ਹੈ ਜੰਮੂ ਦੇ ਵਿੱਚ, ਸਾਂਬੇ ਦੇ ਵਿੱਚ ਇਹ ਮੰਦਰ ਹੈ ਜਿਹਦਾ ਨਾਂ ਹੈ ਬਾਬਾ ਚਮਲਿਆਲ ਜੀ। ਬਾਬਾ ਚਮਲਿਆਲ ਜੀ ਦਾ ਇਹ ਮੰਦਰ ਬਹੁਤ ਹੀ ਜ਼ਿਆਦਾ ਜੰਮੂ ਦੇ ਵਿੱਚ ਮਸ਼ਹੂਰ ਹੈ। ਚਮਲਿਆਲ ਮੰਦਰ ਦੀਆਂ ਖਾਸੀਅਤ ਨੇ ਜਿਹੜੀਆਂ ਉਹ ਤੁਹਾਨੂੰ ਦੱਸਣ ਜਾ ਰਹੇ ਹਾਂ, ਚਮਲਿਆਲ ਮੰਦਰ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ। ਵੀਡੀਓ ਦੇ ਐਂਡ ਤੱਕ ਜ਼ਰੂਰ ਬਣੇ ਰਹੋ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓ ਦੇਖਣ ਦੇ ਲਈ, ਬਹੁਤ ਸਾਰੀਆਂ ਧਾਰਮਿਕ ਅਤੇ ਹਿਸਟੋਰੀਕਲ ਜਿਹੜੀਆਂ ਜਗ੍ਹਾਵਾਂ ਦੇਖਣ ਦੇ ਲਈ, ਚਮਤਕਾਰੀ ਜਗ੍ਹਾਵਾਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਸਮੇਂ ਸਿਰ ਤੁਹਾਨੂੰ ਹਰ ਵੀਡੀਓ ਪਹੁੰਚ ਸਕੇ ਤੁਹਾਡੇ ਤੱਕ, ਅਤੇ ਤੁਸੀਂ ਉਹ ਵੀਡੀਓ ਦੇਖ ਕੇ ਨਿਹਾਲ ਹੋ ਸਕੋ। ਅੱਜ ਦੀਆਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖਦੇ ਪਏ ਹੋ ਇਹ ਤਸਵੀਰਾਂ ਬਾਬਾ ਚਮਲਿਆਲ ਮੰਦਰ ਦੀਆਂ ਨੇ ਜੋ ਕਿ ਜੰਮੂ ਦੇ ਵਿੱਚ ਸਾਂਬੇ ਦੇ ਵਿੱਚ ਪੈਂਦਾ ਆ। ਇਸ ਮੰਦਰ ਦੀ ਜਿਹੜੀ ਕਹਾਣੀ ਤੁਹਾਨੂੰ ਦੱਸਣ ਜਾ ਰਿਹਾ ਵਾ ਕਿ ਬਹੁਤ ਹੀ ਜ਼ਿਆਦਾ ਰੋਚਕ ਅਤੇ ਬਹੁਤ ਜ਼ਿਆਦਾ ਚਮਤਕਾਰਿਕ ਕਹਾਣੀ ਹੈ। ਤੁਹਾਨੂੰ ਦੱਸ ਦੇ ਕਿ ਇਸ ਸਥਾਨ ਦੇ ਉੱਤੇ ਜਿਵੇਂ ਕਿ ਬਾਬਾ ਜੀ ਦੇ ਦਰਬਾਰ ਦਾ ਨਾਮ ਹੀ ਚਮਲਿਆਲ ਦਰਬਾਰ ਹੈ, ਇਸ ਦਰਬਾਰ ਦੇ ਉੱਤੇ ਜਿੰਨੇ ਵੀ ਚਮੜੀ ਦੇ ਰੋਗ ਨੇ, ਖਤਰਨਾਕ ਤੋਂ ਖਤਰਨਾਕ ਚਮੜੀ ਦਾ ਜਿਹੜਾ ਰੋਗ ਆ ਉਹ ਇੱਥੇ ਪਹੁੰਚਣ 'ਤੇ ਠੀਕ ਹੋ ਜਾਂਦਾ। ਇਸ ਦਰਬਾਰ ਦੇ ਵਿੱਚ ਪਹੁੰਚ ਕੇ ਤੁਸੀਂ ਕਰਨਾ ਕੀ ਹੈ, ਇਸ ਦਰਬਾਰ ਦੇ ਵਿੱਚ ਪਹੁੰਚ ਕੇ ਤੁਸੀਂ ਇੱਥੋਂ ਦੀ ਜਿਹੜੀ ਸੱਕਰ ਜਿਹਨੂੰ ਪੰਜਾਬੀ 'ਚ ਮਿੱਟੀ ਕਿਹਾ ਜਾਂਦਾ, ਦਰਬਾਰ 'ਤੇ ਉਸ ਮਿੱਟੀ ਨੂੰ ਸੱਕਰ ਦੇ ਲਫ਼ਜ਼ਾਂ ਦੇ ਨਾਲ ਬਿਆਨ ਕੀਤਾ ਜਾਂਦਾ, ਉਸ ਸੱਕਰ ਨੂੰ ਆਪਣੇ ਸਰੀਰ ਦੇ ਉੱਤੇ ਮਲ ਲੈਣਾ ਆ, ਉਹਨੂੰ ਚੰਗੀ ਤਰ੍ਹਾਂ ਉਸ ਸੱਕਰ ਨੂੰ ਆਪਣੇ ਸਰੀਰ ਦੇ ਉੱਤੇ ਇੱਕ ਸਾਬਣ ਦੀ ਤਰ੍ਹਾਂ ਲੇਪ ਬਣਾ ਕੇ ਲਾ ਲੈਣਾ ਆ। ਉਹ ਲੇਪ ਲਗਾਉਣ ਤੋਂ ਬਾਅਦ ਆ ਫਿਰ ਉੱਥੇ ਜਿਹੜਾ ਪਾਣੀ ਉੱਥੋਂ ਦਾ, ਜਿਹੜਾ ਉੱਥੋਂ ਦਾ ਸਰਬਤ ਆ, ਜਿਹੜਾ ਉੱਥੋਂ ਦਾ ਪਾਣੀ ਸਰਬਤ ਆ ਉਹਦੇ ਨਾਲ ਨਹਾਉਣਾ ਹੁੰਦਾ ਆ। ਜਦੋਂ ਤੁਸੀਂ ਉਹ ਸਰਬਤ ਦੇ ਨਾਲ ਨਹਾ ਲੈਂਦੇ ਹੋ ਤਾਂ ਤੁਹਾਡੇ ਸਰੀਰ ਦੀਆਂ, ਤੁਹਾਡੀ ਚਮੜੀ ਦੀਆਂ ਉਹ ਸਾਰੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ ਨੇ ਜਿਹੜੀਆਂ ਕਿ ਤੁਸੀਂ ਬਹੁਤ ਪੁਰਾਣੇ ਸਮੇਂ ਤੋਂ ਜੂਝਦੇ ਪਏ ਹੋ। ਬਾਬਾ ਚਮਲਿਆਲ ਜੀ ਦਾ ਇਹ ਦਰਬਾਰ ਬਹੁਤ ਹੀ ਜ਼ਿਆਦਾ ਚਮਤਕਾਰਿਕ ਦਰਬਾਰ ਹੈ ਜੰਮੂ ਦੇ ਵਿੱਚ। ਇਸ ਜਗ੍ਹਾ ਦੇ ਉੱਤੇ ਦੇਸਾਂ ਵਿਦੇਸਾਂ ਤੋਂ ਵੀ ਲੋਕ ਆ ਕੇ ਆਪਣੇ ਚਮੜੀ ਦੇ ਰੋਗਾਂ ਦੇ ਲਈ ਜਿਹੜਾ ਆ ਇਸ ਪ੍ਰਕਿਰਿਆ ਨੂੰ ਦਰਹਾਉਂਦੇ ਨੇ। ਸਾਡੇ ਪੱਤਰਕਾਰ ਸੰਜੀਵ ਬਾਵਾ ਜੀ ਨੇ ਬਹੁਤ ਸਾਰੇ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ, ਆਓ ਅਸੀਂ ਤੁਹਾਨੂੰ ਉਹ ਗੱਲਬਾਤ ਸੁਣਾਉਂਦੇ ਹਾਂ। ਜੀ ਸਰ, ਆਪਣਾ ਨਾਮ? ਸੋਹਨ ਸਿੰਘ। ਸਰ, ਕਹਾਂ ਸੇ ਆਏ ਹੈਂ? ਮੈਂ ਸਹਾਰਨਪੁਰ ਯੂਪੀ ਸੇ ਆਇਆ। ਸਰ, ਕਿਆ ਬਾਤ ਹੋ ਗਈ ਜੋ ਆਪਕੋ ਜੇ ਐਂਡ ਕੇ ਮੇਂ ਬਾਬਾ ਚਮਲਿਆਲ ਕੇ ਪਾਸ ਆਨਾ ਪੜਾ? ਯੇ ਮੇਰੇ ਕੋ ਸੋਰਾਇਸਿਸ ਕੀ ਪ੍ਰੋਬਲਮ ਹੈ ਸਕਿਨ ਕੀ, ਇਸਕੋ ਚਮਲ ਵੀ ਕਹਤੇ ਹਿੰਦੀ ਮੇਂ, ਯੇ ਉਸਕੀ ਵਜ੍ਹਾ ਸੇ ਮੈਨੇ ਯਹਾਂ ਯੂਟਿਊਬ ਪੇ ਦੇਖਾ ਥਾ, ਤੋ ਯੇ ਐਸੇ ਐਸੇ ਇਨਕੀ ਜੋ ਯਹਾਂ ਪੇ ਮਿੱਟੀ ਹੈ ਜੋ ਬਾਬਾ ਜੀ ਇੱਕੋ ਸ਼ੱਕਰ ਬੋਲਤੇ ਹੈ ਔਰ ਇਨਕੋ ਕੂਏ ਹੋਏ ਸ਼ਰਬਤ ਉਸਕਾ ਟੇਸਟ ਬਣਾ ਕੇ ਲਗਾਓ ਤੋ ਉਸਸੇ ਸਹੀ ਹੋ ਜਾਤੀ ਹੈ। ਕਿਤਨੇ ਦਿਨ ਹੋ ਗਏ ਆਪਕੋ? ਮੇਰੇ ਕੋ 2 ਮਹੀਨੇ ਹੋ ਗਏ। ਤੋ ਕੈਸਾ ਲੱਗ ਰਿਹਾ ਅਬ? ਸਹੀ ਹੈ ਇਕਦਮ। ਤੋ ਪਰਸੈਂਟੇਜ ਦੱਸੇ ਕਿਆ ਲੋਕੋ ਕੋ ਕਿਆ ਸੰਦੇਸ਼ ਦੇਣਾ ਚਾਹਤੇ ਹੈ? ਇਹ ਸੰਦੇਸ਼ ਦੇ ਕਿ ਭਾਈ ਜੈਸੇ ਸਕਿਨ ਪ੍ਰੋਬਲਮ ਹੈ ਇਹ ਚੈੱਕ ਉਸ ਫੇ ਦਾਗ ਵਾਲੀ ਉਹ ਕਿਸੇ ਵੀ ਤਰੀਕੇ ਕੀ ਉਹ ਪ੍ਰੋਬਲਮ ਹੋ
तो दवाई मेडिसिन करने से तो अच्छा यहीं आ जाओ, वो उससे ठीक भी नहीं होगी, और ज़्यादा हो जाएगी। यहाँ आके रहो, रहना खाना सब फ्री है, आप आराम से आगे रहो। और बाबा जी की भी आस्था है, यहाँ बहुत लोग आते हैं दूर दूर से, वो ठीक हो जाते हैं, और एक बार ठीक हो जाते हैं फ्रेज रखो अच्छे से, दोबारा भी नहीं होती। पुराना पवित्र स्थान है, बहुत पुराना पवित्र स्थान है, बहुत दूर दूर से लोग आते हैं। बहुत खराब जी। सर आपका नाम? सुवर्ण सिंह। हाँ जी सर, कहाँ रहते हैं आप? मैं इधर ही रहता हूँ, सांबा डिस्ट्रिक्ट में गुड़ा सलाथिया गाँव है हमारा, जैसे कोई 20 किलोमीटर दूर। तो मुझे भी स्किन प्रॉब्लम हो गई थी कोई 1-2 साल से पहले, थोड़ी थोड़ी सी थी, तो एलोपैथिक दवाइयाँ खा खा कर DMC में भी मैं उधर एडमिट हुआ, कोई फ़र्क नहीं आया। मैं घर आकर थोड़ा सा फ़र्क आया, दब गए नीचे, तो फिर घर आया जब छुट्टी मिली तो फिर वो होने लगी ज़्यादा। सर ये जो हाथों पर लगाया है जी, क्या चीज़ है ये? बाबा जी की शक्कर है, और ये इसमें शरबत है, बाबा जी का इधर कुआँ है, उसमें शरबत है, वो घोल कर मिला कर रोज़ाना 2 घंटे बॉडी पर लगाना पड़ता है, तो उसको 2 घंटे के बाद स्नान करके साफ करके वो फिर उसको छोड़ना होता है। तो ये बहुत पुराना पवित्र स्थान है, ये हिस्टोरिकल स्थान है, और आज से नहीं को 300-400 वर्षों से ये बाबा जी का इधर स्थान है, और देश से हर कोने से, जहाँ महाराष्ट्र से, पंजाब से, हरियाणा से, यूपी से, झारखंड से, उत्तराखंड से, छत्तीसगढ़ से, और दिल्ली वगैरह सब जगहों से, जहाँ पर पेशेंट आते हैं जिनको भी पता लगता है तो वो इधर आते हैं, वो इधर रहते हैं, खाने का इंतजाम है, रहने का इंतजाम फ्री है, कोई दिक्कत नहीं है इधर, बहुत सुकून की जगह है, और जहाँ सब ठीक होकर ही जाते हैं 100%। कोई थोड़ा रह भी जाए 80% 90% तो वो घर जाकर भी परहेज करना पड़ता है, थोड़ा चार पाई पर नहीं बैठना और चेयर पर नहीं बैठना है। 21 दिन होता है बाबा जी का चालीसा, ना प्याज लहसुन वगैरह नहीं खाना, टमाटर वगैरह नहीं खाने हैं, सादा खाना खाना है, और यही बाबा जी की आस्था है। हम भी आए हैं जहाँ बाबा जी के दरबार में, यही सोच कर निराश नहीं लौटता। मैं तो कल ही आया था, तो अभी रहना पड़ेगा मुझे भी, जब आस्ता आस्ता फर्क आएगा तो फिर जाएंगे। हमारे जहाँ से J&K से भी आते हैं लोग, जिनको पता लगता है, वैसे बहुत पुराना है, कई लोग रहने के कारण नहीं आते हैं, अभी रहना पड़ेगा वो पड़ेगा, तो इस कारण, लेकिन जब ज़्यादा हो जाएगी फिर कईयों का पूरा शरीर गल गया होता है, तो वो भी यहाँ ठीक होकर गए हैं। कितने के लोग आए हैं सर साथी? अभी तो 30-35 लोग अभी इधर होंगे जो पेशेंट हैं चमड़ी के रोगी। तो ये सर शर्तिया इलाज है कि फ़र्क पड़ जाता है कि मेडिकल इलाज है? इधर शक्कर लगाने पड़ती है बाबा जी की, वो मैंने बताया आपको, जो कुएं से शरबत लगाकर उसको घोल बनाकर पेस्ट, तो शरीर पूरे पर लगाना है, तो इधर बाबा जी का स्थान है इधर छोटा सा, इधर इजाज़त लेनी है, बाबा जी हमें शक्कर चाहिए, तो उधर से शक्कर लेकर वो बाल्टियाँ इधर पड़ी हैं, अपनी अपनी घोल घोल कर लगाते हैं, ये जो भी हैं आए इधर, तो यही आस्था रखनी है पे आज हम ठीक हो जाएंगे। ठीक होते हैं, शर्त ये होते हैं ठीक। लोगों की मान्यता है कि अगर शक्कर और शरबत लगाएंगे तो उनको मेडिसिन की कोई ज़रूरत नहीं है आपके अनुसार? नहीं, इधर बाबा जी की जो परंपरा चली आ रही है, एलोपैथिक कोई आयुर्वेदिक, इसके लिए कोई दवा नहीं खानी, सिर्फ नारियल तेल लगाना नहा कर, और कोई एलोपैथिक कोई दवाई नहीं खानी है जहाँ पर रहना है, तो फिर वो आस्ता 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 रिकवर होता है। धन्यवाद सर।
ਜੈ ਬਾਬਾ ਚਮਲਿਆਲ। ਸਰ ਤੁਹਾਡਾ ਨਾਮ? ਕੁਲਜੀਤ ਕੁਮਾਰ। ਹਾਂਜੀ ਹਾਂਜੀ ਸਰ, ਬਾਬਾ ਚਮਲਿਆਲ ਦੇ ਇਤਿਹਾਸ ਬਾਰੇ ਦੱਸਿਓ, ਜਿਹੜੀ ਜਗ੍ਹਾ ਹੈਗੀ ਹੈ ਇਹ ਚੰਬਲਿਆਲ ਹਿੰਦੂ ਪਾਲ ਦਰਬਾਰ ਹੈ, ਅੱਧਾ ਮਤਲਬ ਪਾਕਿਸਤਾਨ ਦੇ ਵਿੱਚ ਅੱਧਾ ਹਿੰਦੁਸਤਾਨ ਦੇ ਵਿੱਚ ਹੈ। ਇੱਥੇ ਸਕਿੰਨ ਦੇ ਰੋਗ ਠੀਕ ਹੁੰਦੇ ਨੇ ਜਿਹੜੇ ਬਾਬੇ ਦੇ ਦਰਬਾਰ 'ਚ, ਮਤਲਬ ਸਕਿੰਨ ਦਾ ਕੋਈ ਵੀ ਰੋਗ ਇੱਥੇ ਠੀਕ ਹੁੰਦਾ। ਕਿੰਨੀ ਕੁ ਸੰਗਤ ਆਉਂਦੀ ਹੈ ਅਤੇ ਕਿੱਥੋਂ ਉੱਥੋਂ ਤੱਕ ਆਉਂਦੇ ਆ ਲੋਕ? ਇਹ ਮਤਲਬ ਸਾਰੇ ਵਰਲਡ ਦੇ ਵਿੱਚੋਂ ਦੁਨੀਆ ਆਉਂਦੀ ਹੈ ਇੱਥੇ, ਅਮਰੀਕਾ, ਇੰਗਲੈਂਡ, ਜਰਮਨ ਤੋਂ, ਆਪਣੇ ਕੁਵੈਤ, ਸਾਊਦੀ ਅਰਬ ਦੇ ਵੀ ਆਏ ਨੇ ਇੱਥੇ ਕਾਫੀ ਸਾਰੇ ਲੋਕ, ਮਤਲਬ ਸਕਿੰਨ ਦੇ ਰੋਗ ਵਾਸਤੇ ਇੱਥੇ। ਜਿਹੜੀ ਸਕਿੰਨ ਦਾ ਰੋਗ ਹੈ, ਕਿਸ ਬਿਮਾਰੀ ਮਤਲਬ ਕਿ ਕਿਸ ਦਵਾਈ ਦੇ ਨਾਲ ਠੀਕ ਹੁੰਦਾ ਜਾਂ ਕਿਸ ਤਰ੍ਹਾਂ ਦੇ ਇਲਾਜ ਦੇ ਨਾਲ ਠੀਕ ਕੀਤਾ ਜਾਂਦਾ? ਮਿੱਟੀ ਨੂੰ ਸ਼ੱਕਰ ਬੋਲਦੇ ਆ, ਪਾਣੀ ਨੂੰ ਸ਼ਰਬਤ ਬੋਲਦੇ ਆ, ਦੋਨਾਂ ਚੀਜ਼ਾਂ ਲਗਾਉਣੇ ਕਾਰਨ ਇਹ ਮਿਕਸ ਕਰਕੇ ਇਹਦਾ ਰੋਗ ਠੀਕ ਹੁੰਦਾ। ਕੁਛ 41 ਦਿਨ ਲਗਾਉਣੇ ਪੈਂਦੇ ਲਗਾਤਾਰ, ਮਤਲਬ ਇਹਦੇ ਪ੍ਰੇਸ ਕਰਨੇ ਪੈਂਦੇ ਨੇ ਕਾਫੀ ਸਾਰੇ, ਇਹਦੇ ਵਾਸਤੇ ਅੰਡਾ, ਮੀਟ, ਮਾਸ, ਪਿਆਜ, ਲਸਣ, ਟਮਾਟਰ ਚੀਜ਼ਾਂ ਵਾਸਤੇ, ਮਤਲਬ ਬਿਲਕੁਲ ਬਾਲ ਬ੍ਰਹਮਚਾਰੀ ਸਾਧੂਆਂ ਜੈਸਾ ਵੇਦ ਬਣਾਉਣੇ ਪੈਂਦਾ ਹੈ। ਅਤੇ ਇੱਥੇ ਸਰ ਬੱਚੇ, ਵੱਡੇ ਬਜ਼ੁਰਗ, ਔਰਤਾਂ ਜਾਂ ਕੁੜੀਆਂ ਉਹ ਵੀ ਆਉਂਦੀਆਂ ਨੇ? ਹਾਂਜੀ ਹਾਂਜੀ, ਸਾਰੇ ਦਾ ਸਿਸਟਮ ਅਲੱਗ ਅਲੱਗ ਹੈ, ਲੇਡੀਜ਼ ਅਲੱਗ ਰਹੇਗੀ, ਜੈਂਟਸ ਅਲੱਗ ਰਹਿਣਗੇ। ਕਿਸ ਤਰ੍ਹਾਂ ਦਾ ਵਾਤਾਵਰਣ ਹੈਗਾ ਇੱਦਾਂ ਦਾ, ਮਤਲਬ ਕਿ ਰਹਿਣ ਖਾਣ ਪੀਣ ਦਾ? ਬਹੁਤ ਵਧੀਆ, ਰਹਿਣ ਵਾਸਤੇ ਮਤਲਬ ਬਿਲਕੁਲ ਫਰੀ ਆਫ ਕਾਸਟ ਹੈ, ਕੋਈ ਲੰਗਰ ਦਾ ਪੈਸਾ ਕੋਈ ਕੁਛ ਨਹੀਂ, ਪੂਰਾ ਦਿੱਤਾ ਜਾਏਗਾ, ਮਤਲਬ ਫੈਸਿਲਿਟੀ ਪੂਰੀ ਫਰੀ ਹੈ, ਬਿਲਕੁਲ ਫਰੀ ਆਫ ਕਾਸਟ, ਕੋਈ ਪੈਸਾ ਨਹੀਂ ਦਿੱਤਾ ਜਾਏਗਾ, ਬਿਲਕੁਲ 1 ਰੁਪਏ ਦਾ ਵੀ ਪੈਸਾ ਨਹੀਂ ਲਿਆ ਜਾਂਦਾ ਕਿਸੇ ਤੋਂ। ਸੰਗਤਾਂ ਨੂੰ ਦੱਸ ਦਿਓ ਕਿ ਲੋਕਾਂ ਨੂੰ ਦੱਸ ਦਿਓ ਕਿ ਜਗ੍ਹਾ ਕਿੱਥੇ ਹੈਗੀ ਹੈ ਤਾਂ ਜੋ ਕੋਈ ਮੁਸ਼ਕਲ ਨਾ ਆਏ। ਇਹ ਜਗ੍ਹਾ ਆਪਣੀ ਜੰਮੂ ਦੇ ਵਿੱਚ ਪੈਂਦੀ ਹੈ, ਸਾਬਾ ਡਿਸਟ੍ਰਿਕਟ ਸਾਡਾ ਪੈਂਦਾ ਹੈ, ਅਤੇ ਬਿਲਕੁਲ ਸਾਡਾ ਬਾਬੇ ਦਾ ਦਰਬਾਰ ਹੈ, ਇਹ ਬਿਲਕੁਲ 0 ਪੁਆਇੰਟ ਪਾਕਿਸਤਾਨ ਦੇ ਬਾਰਡਰ ਦੇ ਨਾਲ ਲੱਗਦਾ ਹੈ, ਜਿਹੜਾ ਅੱਧਾ ਦਰਬਾਰ ਪਾਕਿਸਤਾਨ ਦੇ ਵਿੱਚ ਹੈ ਅਤੇ ਅੱਧਾ ਹਿੰਦੁਸਤਾਨ ਦੇ ਵਿੱਚ ਹੈ, ਇਹਦੀ ਗਰਦਨ ਪਾਕਿਸਤਾਨ 'ਚ, ਬਾਕੀ ਸਰੀਰ ਇੱਧਰ ਹੈ ਬਾਬੇ ਦਾ। ਮਤਲਬ ਜੂਨ ਮਹੀਨੇ ਦੇ ਚੌਥੇ ਵੀਰਵਾਰ ਇੱਥੇ ਹਿੰਦੁਸਤਾਨ ਔਰ ਪਾਕਿਸਤਾਨ ਦਾ ਮੇਲਾ ਮਨਾਇਆ ਜਾਂਦਾ, ਜੂਨ ਦੇ ਚੌਥੇ ਵੀਰਵਾਰ, ਜਿਹੜਾ ਵੀ ਚੌਥਾ ਵੀਰਵਾਰ ਹੋਏਗਾ ਇੱਥੇ ਮੇਲਾ ਲੱਗਦਾ, ਹਰ ਸਾਲ ਮਨਾਇਆ ਜਾਂਦਾ। ਕਾਫੀ ਦੂਰੋਂ ਦੂਰੋਂ ਲੋਕ ਇੱਥੇ ਬਾਬੇ ਦੇ ਮੰਨਤਾਂ ਮੰਗਦੇ ਨੇ, ਆ ਕੇ ਮੰਨਤਾਂ ਚੜ੍ਹਾਉਂਦੇ ਨੇ, ਚੁੰਨੀਆਂ ਮੰਨਤਾਂ ਪੂਰੀਆਂ ਹੋ ਜਾਂਦੀਆਂ, ਹਰ ਕਿਸਮ ਦੀ ਮੁਰਾਦ ਜਿਹੜੀ ਇੱਥੇ ਪੂਰੀ ਹੁੰਦੀ ਹੈ ਬਾਬੇ ਦੇ ਦਰਬਾਰ ਦੇ ਵਿੱਚ, ਦੂਰੋਂ ਦੂਰੋਂ ਲੋਕ ਆਉਂਦੇ ਨੇ ਇੱਥੇ ਬਾਬੇ ਦੇ ਦਰਬਾਰ ਦੇ ਵਿੱਚ। ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਲੋਕਾਂ ਨੂੰ ਇਹੀ ਸੰਦੇਸ਼ ਦਿੰਦੇ ਕਿ ਜਿਹੜੇ ਵਿਚਾਰੇ ਲੋਕ ਮੈਡੀਸਨ 'ਤੇ ਪੈਸੇ ਖਰਚ ਕਰਦੇ ਨੇ, ਬੜੇ ਡਾਕਟਰਾਂ ਕੋਲ ਇਲਾਜ ਨਹੀਂ ਆਇਆ, ਜਿਹੜਾ ਸਕਿੰਨ ਦਾ ਇੱਥੇ ਫਰੀ ਆਫ ਕਾਸਟ ਹੈ, ਬਿਲਕੁਲ ਇੱਕ ਮਿੱਟੀ ਦੇ ਨਾਲ ਉਹ ਜਲ ਦੇ ਨਾਲ ਬਾਬਾ ਜੀ ਦਾ ਰੋਗ ਜਿਹੜਾ ਇਹ ਠੀਕ ਕਰਦਾ ਬਾਬਾ ਜੀ। ਔਰ ਐਡੇ ਐਡੇ ਡਾਕਟਰ ਜਾਂ ਸਾਇੰਟਿਸਟ ਵੀ ਆਏ ਨੇ, ਜਿਹਨਾਂ ਦੇ ਮਤਲਬ ਸਕਿੰਨ ਦੇ ਬੜੇ ਡਾਕਟਰ, ਉਹ ਵੀ ਇੱਥੇ ਰਹਿ ਕੇ ਗਏ ਨੇ ਬਾਬੇ ਦੇ ਦਰਬਾਰ ਦੇ ਵਿੱਚ, ਬਿਲਕੁਲ ਠੀਕ ਹੋ ਕੇ ਗਏ ਨਾ।